वहीं लुधियाना में सिनेमा हॉल के मालिकों का कहना है कि पंजाब सरकार की ओर से उन्हें अभी तक कोई भी नोटिफिकेशन नहीं आया है, जिसके चलते सिनेमा मालिकों का यह भी कहना है कि वो अभी किसी भी तरह की फिल्म सिनेमा हॉल में नहीं चलाएंगे। तो लुधियाना में किसी तरह का कोई नोटिफिकेशन नहीं मिला है, जिसकी वजह से अब सिनेमा हॉल मालिक का कहना है कि अभी फिलहाल वो किसी तरह की कोई फिल्म नहीं चलाएंगे। सिनेमा मालिकों को कोई नोटिफिकेशन फिलहाल जारी नहीं किया गया है, पंजाब सरकार की ओर से कोई जानकारी निकलकर सामने नहीं आई है, इसलिए वहां पर आज से जो सिनेमा हॉल है उनको नहीं खोला जा रहा, जो कि इसकी बड़ी वजह है कि राज्य सरकार की अनुमति फिलहाल नहीं मिली है, किसी तरह का कोई निर्देश जारी नहीं किया गया, कोई नोटिफिकेशन सामने नहीं आया। ਸਾਡੇ ਪੂਰੇ ਪੰਜਾਬ ਦੇ ਵਿੱਚ ਸੱਤ ਲੋਕੇਸ਼ਨਾਂ 'ਤੇ ਸਿਨੇਮੇ ਆ, 15 ਸਕਰੀਨਾਂ ਸਾਡੀਆਂ, ਪਰ ਇਸ ਟਾਈਮ ਜੋ ਹਾਲਾਤ ਹੈ ਸਾਨੂੰ ਪੁੱਛਿਆ ਜਾ ਰਿਹਾ ਹੈ, ਮਤਲਬ ਕਿ 15 ਤਰੀਕ ਨੂੰ ਤੁਸੀਂ ਸਿਨੇਮੇ ਖੋਲ੍ਹ, ਲੇਕਿਨ ਇਸ ਟਾਈਮ ਤੁਸੀਂ ਤੁਹਾਨੂੰ ਦੱਸੀਏ ਵੀ ਸਾਡੇ ਕੋਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਆਰਡਰ ਨਹੀਂ ਹੈ ਸਿਨੇਮੇ ਖੋਲ੍ਹਣ ਦੇ ਲਈ। ਦੂਜੀ ਗੱਲ ਇਹ ਵੀ ਸਾਨੂੰ ਡਿਸਟ੍ਰੀਬਿਊਟਰ ਵੱਲੋਂ ਪੁਰਾਣੀਆਂ ਪਿਕਚਰਾਂ ਨਾਲ ਸਿਨੇਮੇ ਖੋਲ੍ਹਣ ਦੇ ਲਈ ਕਿਹਾ ਜਾ ਰਿਹਾ ਹੈ, ਜਿਹੜੀ ਕਿ ਬਿਲਕੁਲ ਵੀ ਜਿਹੜੀ ਤੁਸੀਂ ਆਪ ਦੇਖੋ, ਜਿਹੜੀ ਪਿਕਚਰ ਤੁਸੀਂ 5-6 ਵਾਰੀ ਟੀਵੀ 'ਤੇ ਦੇਖ ਚੁੱਕੇ ਹੋ, ਉਹ ਪਿਕਚਰ ਉਹ ਕਸਟਮਰ ਉਹ ਇੱਕ ਮਾਲ ਦੇ ਵਿੱਚ ਪਿਕਚਰ ਦੇਖਣ ਕਿਉਂ ਆਏਗਾ। ਦੂਜੀ ਗੱਲ ਇਹ ਵੀ ਜਦੋਂ ਸਿਨੇਮਾ ਖੁੱਲ੍ਹਾ ਸਾਨੂੰ ਪਹਿਲਾਂ ਵੀ ਜੋ ਤੁਸੀਂ ਦੇਖੋ ਵੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ, ਇਸ ਕਰਕੇ ਵੀ ਸਾਨੂੰ ਜਿਵੇਂ ਹੁਣ ਜੇ ਸਿਨੇਮਾ ਖੁੱਲ੍ਹਾ ਸਾਨੂੰ ਬਿਜਲੀ ਬੋਰਡ ਵਾਲੇ ਧਮਕੀਆਂ ਦਿੰਦੇ, ਕਨੈਕਸ਼ਨ ਕੱਟਣ ਦੀ ਤੁਸੀਂ ਬਿੱਲ ਨਹੀਂ ਭਰਿਆ, ਜੇ ਉਸ ਤੋਂ ਬਾਅਦ ਸਾਨੂੰ ਕਿਰਾਏ ਵਾਲੇ ਜਿਹੜੇ ਮਾਲ ਦੇ ਮਾਲਕ ਆ ਉਹ ਸਾਨੂੰ ਤੰਗ ਕਰਦੇ ਆ, ਅਤੇ ਇਸ ਕਰਕੇ